ਇੱਕ ਹੋਰ ਦੋ ਗੀਤ ਸੁਣ ਲੈਨੇ ਬਾਏ 1 ਗੇਟ 1 ਫ੍ਰੀ ਬੜੀ ਗੱਲ ਹੋ ਗਈ ਹੈ ਕਈ ਵਾਰੀ ਤਾਂ ਹੋ ਜਾਂਦੀ ਹੈ ਆ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਸਾਜ ਜਿੱਦਾਂ ਦੀ ਹਰ ਮੰਗਲਵਾਰ ਤੁਸੀਂ ਇਹ ਪ੍ਰੋਗਰਾਮ ਦੇਖਦੇ ਹੋ 7 ਵਜੇ ਤੋਂ ਲੈ ਕੇ 8 ਵਜੇ ਤੱਕ ਬਹੁਤ ਸਾਰਾ ਪਿਆਰ ਮਿਲਦਾ ਹੈ ਪਰ ਕੋਸ਼ਿਸ਼ ਵੀ ਕਰਦੇ ਆ ਕਿ ਪਿਆਰ ਦੇ ਨਾਲ ਹੀ ਰਹਿਣਾ ਚਾਹੀਦਾ ਬਾਕੀ ਇੱਕ ਵਾਰ ਕਈ ਵਾਰ ਮੈਂ ਸੋਚਦਾ ਸੀ ਅਗਰ ਅਗਰ ਪ੍ਰੋਗਰਾਮ ਬੋਤਲ ਵੀ ਨਾਲ ਹੀ ਰੱਖੀ ਹੋਇਆ ਜਿਉਂਕਿ ਕੋਈ ਪਿਆਸ ਬਹੁਤ ਲੱਗੀ ਹੋਈ ਹੈ ਤੇ ਪਾਣੀ ਪੂਣੀ ਨਾਲ ਹੀ ਲੈ ਕੇ ਆਇਆ ਸੀ ਬਾਹਰ ਮੀਂਹ ਤੇ ਬਹੁਤ ਪੈਂਦਾ ਕਿਉਂਕਿ ਫਿਰ ਪਾਣੀ ਪੀਂਦ ਲਈ ਤਾਂ ਬੋਤਲ ਕੋਲੇ ਰੱਖਣੀ ਪੈਂਦੀ ਹੈ ਮੁੰਡਾ ਕਹਿੰਦਾ ਕਿ ਬੋਤਲ ਉਠਾਓ ਹਟਾਓ ਪਿੱਛੇ ਉਹ ਸੋਚਦੇ ਉਹਨੇ ਕਿਹੜਾ दारू ਪੀਂਜੀ ਪੀ ਜਾਂਦਾ ਬੈਠਾ ਬੈਠਾ ਪ੍ਰੋਗਰਾਮ ਚ ਇਹੋ ਜੀ ਕੋਈ ਗੱਲ ਨਹੀਂ ਮੈਂ ਕਿਹਨੂੰ ਸੋਚਦਾ ਸੀ ਕਿ ਅਗਰ ਇਹ ਸਾਰੇ ਕੰਮਾਂ ਵਾਲੇ ਜਾਂ ਗਵਰਨਮੈਂਟ ਕਹਿ ਦੇ ਕਿ ਕੋਈ ਵੀ ਔਰਤ ਅੱਜ ਮੇਕਅਪ ਕਰਕੇ ਬਾਹਰ ਨਹੀਂ ਆ ਸਕਦੀ ਜਿਵੇਂ ਨੋ ਸਮੋਕਿੰਗ ਡੇ ਹੁੰਦਾ ਕਿ ਅੱਜ ਸਿਗਰਟ ਨਹੀਂ ਪੀ اگر بوڑیاں ਨੂੰ ਕਹ ਦਿੱਤਾ ਜਬ ਅੱਜ نو میک اپ ਡੇ ਹੈ ਕਿਸੇ ਵੀ ਔਰਤ ਨੇ میک اپ ਲਾ ਕੇ ਬਾਹਰ ਨਹੀਂ ਜਾਣਾ ਮੈਂ ਗਰੰਟੀ ਨਾ ਕਹਿ ਸਕਦਾ ਕਿ 80% ਔਰਤਾਂ ਜਿਹੜੀਆਂ ਨੇ ਉਹ ਬਾਹਰ ਹੀ ਨਹੀਂ ਨਿਕਲਣਗੀਆਂ ਕਿਉਂਕਿ ਇਹਨਾਂ ਨੇ ਆਪਣੇ ਮੂੰਹ ਦੇ ਉੱਤੇ میک اپ ਕਰਕੇ ਮੈਨੂੰ ਇਹ ਦੀ ਸਮਝ ਆਈ ਕਿ ਔਰਤਾਂ ਕਿਉਂ میک اپ ਕਰਦੀਆਂ ਨੇ ਕਿਉਂਕਿ ਅਸੀਂ ਬੰਦੇ ਲੋਕ ਵੀ ਜੋ ਹੱਥ ਆ ਜਾਂਦਾ ਸਰੋਂ ਦਾ ਤੇਲ ਬੇਬੀ ਆਇਲ ਕੋਈ ਵੀ ਕਰੀਮ ਟਿਪਟੇ ਪਾ ਜਿਲਾ ਕੇ ਬਾਹਰ ਨਿਕਲ ਜਾਂਦਾ ਅਸੀਂ ਵੀ ਤਾਂ ਜ਼ਿੰਦਗੀ ਕੱਟਦੇ ਆ ਪਰ ਇਹ ਔਰਤਾਂ ਹਜ਼ਾਰਾਂ ਪੌਣ ਲੱਖਾਂ ਪਾਉਂਦੇ ਆਪਣੀ ਜ਼ਿੰਦਗੀ 'ਚ ਸਿਰਫ ਮੇਕਅਪ ਤੇ ਹੀ ਖਰਚ ਦਿੰਦੀਆਂ ਨੇ ਔਰ ਇਸ ਤਰ੍ਹਾਂ ਫਿਰ ਲਾਲ ਬੁੱਲ ਕਰਕੇ ਨਿਕਲਦੀਆਂ ਨੇ ਹਾਂ ਵੀ ਮੈਂ ਛੱਡਣਾ ਨਹੀਂ ਅੱਜ ਕੋਈ ਖੂਨ ਕਰ ਦੇਣਾ ਕਿਸੇ ਦਾ ਪਤਾ ਨਹੀਂ ਕਿ ਉਹ ਕਈ ਵਾਰ ਤਾਂ ਇਹ ਇੰਨਾ ਮੇਕਅਪ ਕੀਤਾ ਹੁੰਦਾ ਹੈ ਔਰਤਾਂ ਨੇ ਮੇਰਾ ਕਈ ਵਰੀ ਨਾਲ ਦੇਖ ਕੇ ਹਾਸਾ ਨਿਕਲ ਜਾਂਦਾ ਹੈ ਯਾਰ ਦੇਖੋ ਚੰਗੀ ਭਲੀ ਸ਼ਕਲ ਦਾ ਕੀ ਇਹਨਾਂ ਨੇ ਕੀ ਬਣਾਇਆ ਹੋਇਆ ਯਾਰ ਐਸੇ ਤਰ੍ਹਾਂ ਹੁੰਦਾ ਹੈ ਜੇ ਜਦੋਂ ਤੁਸੀਂ ਵਿਆਹਾਂ ਦੇ ਉੱਤੇ ਜਾਂ ਪਾਰਟੀਆਂ ਦੇ ਉੱਤੇ ਇਹਨਾਂ ਨੂੰ ਦੇਖਦੇ ਹੋ ਪੂਰੇ ਫੈਸ਼ਨ 'ਚ ਪੂਰੇ ਟਿਚਰਿੰਗ 'ਚ ਹੋ ਕੇ ਜਾਂਦੀਆਂ ਨੇ ਜਾਂ ਕਿਤੇ ਜਿਹੜੇ ਬੰਦੇ ਵਿਆਹੇ ਹੋਏ ਨੇ ਜਿਵੇਂ ਮੈਂ ਆ ਔਰ ਤਾਂ ਬਹੁਤ ਸੋਹਣੀ ਲੱਗਦੀਆਂ ਨੇ ਜਦੋਂ ਬਾਹਰ ਜਾਂਦੀਆਂ ਨੇ ਪਾਰਟੀ ਤੇ ਬਹੁਤ ਸਾਈਟਾਂ ਕੇ ਜਾਂਦੀਆਂ ਨੇ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਬਾਅਦ ਸਵੇਰ ਨੂੰ ਉੱਠਦੇ ਹੋ ਪਤਾ ਚੀਕ ਮਾਰ ਕੇ ਕਹਿੰਦਾ ਯਾਰ ਮੇਰੀ ਘਰ ਲਈ ਕਿੱਥੇ ਚਲੇ ਗਈ ਕਹਿੰਦੀ ਕੋਈ ਨਹੀਂ ਮੈਂ ਹੀ ਆ ਅੱਧਾ ਘੰਟਾ ਦੇ ਮੈਂ ਫਿਰ ਉਹੀ ਬੈਕ ਟੂ ਨਾਰਮਲ ਹੋ ਜਣਾ ਬਾਲ ਇਦਾਂ ਨਾਲ ਦੇ ਖੜੇ ਹੁੰਦੇ ਸਵੇਰ ਨੂੰ ਅਕੜ ਗਿੱਤ ਲੱਗਿਓ ਹੁੰਦੀ ਹੈ ਬਾਲ ਖਿਦਰਿਓ ਹੁੰਦੇ ਨੇ ਤੇ ਫਿਰ ਤੁਹਾਡੀ ਜਿਹੜੇ ਵਿਆਹ ਹੋਏ ਨੇ ਉਹਨਾਂ ਤਾਂ ਆਪਣੀ ਵਾਈਫ ਸਿੱਕੀ ਹੋਣੀ ਹੈ ਸਵੇਰ ਨੂੰ ਕਿ ਕਿਸ ਤਰ੍ਹਾਂ ਲੱਗਦੀ ਆਉਂਦੀਆਂ ਨੇ ਜੇ ਨਹੀਂ ਦੇਖੀਆ ਤੇ ਪਲੀਜ਼ ਮੇਰੇ ਕਹਿਣ ਦੇ ਉੱਤੇ ਉਹਨਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਤੁਸੀਂ ਜਟ ਕਰਾਉ ਦਾ ਮੂੰਹ ਦੇਖਿਓ ਔਰ ਫੋਟੋ ਉਹਨਾਂ ਦੀ ਖਿੱਚਿਓ ਤੇ ਫਿਰ ਤੁਸੀਂ ਉਹਨਾਂ ਨੂੰ ਦਿਖਾਇਓ ਕਿ ਵੇ ਆਹ ਸ਼ਕਲ ਹੁੰਦੀ ਹੈ ਸਵੇਰੇ ਸਵੇ ਤੁਹਾਡੀ ਖੈ ਸਾਰੀਆਂ ਔਰਤਾਂ ਨੂੰ ਕੁੱਸਾ ਨਾ ਮੇਰਾ ਕਰਿਓ ਸਾਰੀਆਂ ਔਰਤਾਂ ਨੂੰ ਇਦਾਂ ਲੱਗਦੀਆਂ ਕਹੀ ਹੁੰਦੀਆਂ ਨੇ ਤੇ ਹੁਣ ਆਪਾਂ ਐਡ ਇੱਕ ਲੈਣੀ ਹੈ ਐਡ ਬ੍ਰੇਕ ਤੋਂ ਬਾਅਦ ਚ ਆਪਾਂ ਕਿਹੜਾ ਪ੍ਰੋਗਰਾਮ ਚੱਲਦਾ ਰਹਿਣਾ ਹੈ ਪੂਰੇ 8 ਮਿੰਟ ਤੱਕ ਮਿਲਦੇ ਆਂ ਐਡ ਬ੍ਰੇਕ ਤੋਂ ਬਾਅਦ ਚ ਓ ਸੌਰੀ ਕਾਲਰ ਹੈ ਮੈਂ ਮੁੰਡੇ ਨੂੰ ਕਹਿ ਸਕਿਆ ਕਿ ਉੱਚੀ ਬੋਲਿਆ ਕਰ ਅੱਜ ਮੈਂ ਤੇਲ ਬਹੁਤ ਲਾਇਆ ਹੋਇਆ ਗੱਲਾਂ ਤਿਲਕ ਤਿਲਕ ਤੇ ਕੰਨ ਚੋਂ ਬਾਹਰ ਨਿਕਲਦੀਆਂ ਰਹਿੰਦੀ ਨੇ ਪਰ ਉਹ ਹੌਲੀ ਹੌਲੀ ਕਾਲਰ ਹੈ ਕਾਲਰ ਹੈ